ਸਤਿ ਸ਼੍ਰੀ ਅਕਾਲ ਫਰੈਂਡਸ, ਕਿਹਾ ਸੀ ਕਿ ਅੱਜ ਸ਼ਾਮ ਨੂੰ ਲਾਈਵ ਆਵਾਂਗੇ, ਸੋ ਲਾਈਵ ਆਏ ਹਾਂ ਜੀ। ਵੈਸੇ ਗਾਣਾ ਤਾਂ ਮੈਨੂੰ ਆਉਂਦਾ ਨਹੀਂ, ਪਰ ਕੋਸ਼ਿਸ਼ ਕੀਤੀ ਆ, ਲਿਖਦਾ ਹਾਂ ਜੀ, ਸੋ ਵੇਖਿਓ ਕਿਹੋ ਜਿਹਾ। ਉਹ ਜਿੱਥੇ ਵੱਡਿਆਂ ਦੀ ਗੱਲ ਨਿੱਕੇ ਨਹੀਂ ਸੁਣਦੇ, ਉਹ ਛੋਟੀ ਜਿਹੀ ਗੱਲ ਆਟੇ ਵਾਂਗੂ ਗੁੰਨਦੇ, ਉਹ ਉੱਚੀ ਆਵਾਜ਼ ਡੈਕ ਲਾ ਕੇ ਹੇਕਾਂ ਲਾਉਣੀਆਂ, ਖੁਦ ਲਈ ਉਮਰਾਂ ਦੇ ਜਾਲ ਬੁਣਦੇ, ਉਹ ਇੱਜ਼ਤਾਂ ਲਈ ਜਾਣ ਸਭ ਨੇ ਹੀ ਤਲੀ ਉੱਤੇ ਧਰੀ ਹੁੰਦੀ ਆ। ਸਿਆਣਿਆਂ ਦੀ ਗੱਲ ਸਦਾ ਖਰੀ ਹੁੰਦੀ ਆ, ਬਜ਼ੁਰਗਾਂ ਦੀ ਗੱਲ ਸਦਾ ਖਰੀ ਹੁੰਦੀ ਆ, ਐਵੇਂ ਦੀ ਆਪਣੇ ਗਰੂਰ ਵਿੱਚ ਰਹੀਏ, ਰਹਿਣਾ ਹੀ ਹੈ ਆਪਣੇ ਸਰੂਰ ਵਿੱਚ ਰਹੀਏ, ਉਹ ਰਹਿਣੀਆਂ ਨਾ ਜਾਗੀ ਉੱਤੇ ਅੱਖਾਂ ਅੱਡੀਆਂ, ਲਿਖੀਆਂ ਕਹਾਵਤਾਂ ਤੋਂ ਸਿੱਖ ਲਈਏ, ਉਹ ਫੁਕਰੇ ਯਾਰਾਂ ਨੇ ਡੋਬਣੇ ਨੂੰ ਦਾਰੂ ਮੂਰੇ ਧਰੀ ਹੁੰਦੀ ਆ। ਸਿਆਣਿਆਂ ਦੀ ਗੱਲ ਸਦਾ ਖਰੀ ਹੁੰਦੀ ਆ, ਬਜ਼ੁਰਗਾਂ ਦੀ ਗੱਲ ਸਦਾ ਖਰੀ ਹੁੰਦੀ ਆ, ਸਿਆਣਿਆਂ ਦੀ ਗੱਲ ਸਦਾ ਖਰੀ ਹੁੰਦੀ ਆ, ਬਜ਼ੁਰਗਾਂ ਦੀ ਗੱਲ ਸਦਾ ਖਰੀ ਹੁੰਦੀ ਆ। ਉਹ ਯਾਰੀਆਂ ਲਈ ਪੈਂਦਾ ਟਾਈਮ ਕੱਢਣਾ, ਜਿੱਤ ਵਾਲਾ ਪੈਂਦਾ ਝੰਡਾ ਗੱਡਣਾ, ਉਹ ਜ਼ੁਲਮਾਂ ਦੀ ਜਦੋਂ ਹੱਦ ਹੋ ਜਾਵੇ, ਫਿਰ ਪੈਂਦਾ ਆ ਕਮਾਨ ਵਿੱਚੋਂ ਤੀਰ ਕੱਢਣਾ, ਉਹ ਨਾ ਜ਼ੁਲਮ ਕਰਦੇ ਨਾ ਸਹਿਣਾ, ਸਿੱਖ ਕੌਮ ਦੀ ਅੜੀ ਹੁੰਦੀ ਆ। ਸਿਆਣਿਆਂ ਦੀ ਗੱਲ ਸਦਾ ਖਰੀ ਹੁੰਦੀ ਆ, ਬਜ਼ੁਰਗਾਂ ਦੀ ਗੱਲ ਸਦਾ ਖਰੀ ਹੁੰਦੀ ਆ, ਸਿਆਣਿਆਂ ਦੀ ਗੱਲ ਸਦਾ ਖਰੀ ਹੁੰਦੀ ਆ, ਬਜ਼ੁਰਗਾਂ ਦੀ ਗੱਲ ਸਦਾ ਖਰੀ ਹੁੰਦੀ ਆ। ਦੇਖ ਕਿਸੇ ਦੀ ਗਰੀਬੀ ਨਾ ਮਜ਼ਾਕ ਕਰੀਏ, ਉਹ ਮੈਲੀ ਅੱਖ ਨਾ ਕਿਸੇ ਤੇ ਧਰੀਏ, ਉਹ ਜਿੱਥੇ ਰੱਬ ਰੱਖੇ ਉੱਥੇ ਖੁਸ਼ ਰਹੀਦਾ, ਨਾ ਹੀ ਕਿਸੇ ਦੀ ਤਰੱਕੀ ਦੇਖ ਸੜੀਏ, ਉਹ ਜਿੱਥੇ ਬੁਰੀ ਵਿਰਕ ਖੜ ਜੇ ਉੱਥੋਂ ਹੀ ਲੈਣ ਸ਼ੁਰੂ ਹੁੰਦੀ ਆ। ਸਿਆਣਿਆਂ ਦੀ ਗੱਲ ਸਦਾ ਖਰੀ ਹੁੰਦੀ ਆ, ਬਜ਼ੁਰਗਾਂ ਦੀ ਗੱਲ ਸਦਾ ਖਰੀ ਹੁੰਦੀ ਆ, ਸਿਆਣਿਆਂ ਦੀ ਗੱਲ ਸਦਾ ਖਰੀ ਹੁੰਦੀ ਆ, ਬਜ਼ੁਰਗਾਂ ਦੀ ਗੱਲ ਸਦਾ ਖਰੀ ਹੁੰਦੀ ਆ। ਥੈਂਕ ਯੂ ਫਰੈਂਡਸ, ਆਪਣਾ ਫਸਟ ਲਾਈਵ ਸੀ ਜੋ ਸੌਂਗ ਦਾ, ਸੋ ਦੱਸਣਾ ਜੀ ਆਪਣੇ ਸੁਜੈਸ਼ਨ ਦੇਣਾ, ਕਿਸੇ ਨੂੰ ਕੁਛ ਮਾੜਾ ਲੱਗੇ ਉਹ ਆਪਣਾ ਕਮੈਂਟ ਕਰ ਸਕਦਾ, ਇਨਬੋਕਸ 'ਚ ਕਰ ਸਕਦਾ, ਕਮੈਂਟ ਵੀ ਕਰ ਸਕਦਾ। ਥੈਂਕ ਯੂ ਜੀ, ਹੋਰ ਸ਼ੇਅਰ ਕਰਨਾ ਜੀ, ਸ਼ੇਅਰ ਕਰਨਾ ਨਾ ਭੁੱਲਣਾ, ਲਾਈਕ ਕਰਨਾ ਜੀ, ਕਮੈਂਟ ਕਰਨਾ। ਥੈਂਕ ਯੂ ਜੀ।